ਗੁਰੂ ਧਾਮਾਂ ਸਿੱਖ ਗੁਰਦੁਆਰਿਆਂ ਦੀ ਸਿੱਖ ਧਰਮ ਦੇ ਵਿੱਚ ਬੜੀ ਪਵਿੱਤਰ ਆਸਥਾ ਹੈ। ਕੋਈ ਵੀ ਸੱਚਾ ਸਿੱਖ ਆਪਣੇ ਜੀਵਨ ਕਾਲ ਵਿੱਚ ਸਾਰੇ ਪਵਿੱਤਰ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਜ਼ਰੂਰ ਜਾਣਾ ਚਾਹੁੰਦਾ ਹੈ। ਦੇਸ਼ ਵਿੱਚ ਸਿੱਖ ਗੁਰਦੁਆਰੇ ਤਾਂ ਸਿੱਖ ਸੰਗਤਾਂ ਦੀ ਪਹੁੰਚ ਵਿੱਚ ਹੁੰਦੇ ਹਨ, ਉਹਨਾਂ ਦੇ ਦਰਸ਼ਨਾਂ ਦੇ ਲਈ ਆਸਾਨੀ ਦੇ ਨਾਲ ਜਾਇਆ ਵੀ ਜਾ ਸਕਦਾ ਹੈ। ਪਰ ਦੂਸਰੇ ਦੇਸ਼ਾਂ ਜਾਂ ਦੂਰ ਦਰਾਜ ਦੇ ਦੇਸ਼ਾਂ ਦੇ ਵਿੱਚ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਲਈ ਹਰ ਸ਼ਰਧਾਲੂ ਨਹੀਂ ਪਹੁੰਚ ਸਕਦਾ, ਪਰ ਫਿਰ ਵੀ ਕੁਝ ਨਿਸ਼ਚੇ ਵਾਲੇ ਸਿੱਖ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ। ਐਸੇ ਹੀ ਦੂਰ ਦਰਾਜ ਅਤੇ ਦੂਸਰੇ ਦੇਸ਼ਾਂ ਵਿੱਚੋਂ ਇੱਕ ਮਸ਼ਹੂਰ ਗੁਰਦੁਆਰਾ ਹੈ ਪਾਕਿਸਤਾਨ ਦੇ ਵਿੱਚ ਸਥਿਤ ਸ਼੍ਰੀ ਨਨਕਾਣਾ ਸਾਹਿਬ। ਸ਼੍ਰੀ ਨਨਕਾਣਾ ਸਾਹਿਬ ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਬਾਲ ਅਵਸਥਾ ਦਾ ਕਾਫ਼ੀ ਸਮਾਂ ਬਤੀਤ ਹੋਇਆ। ਸਿੱਖ ਧਰਮ ਦੀ ਸ਼ੁਰੂਆਤ ਇਸ ਪਵਿੱਤਰ ਜਗ੍ਹਾ ਤੋਂ ਹੋਈ। ਹਰ ਸਿੱਖ ਦੀ ਇੱਥੋਂ ਦੇ ਦਰਸ਼ਨਾਂ ਦੀ ਖੁਆਇਸ਼ ਹੁੰਦੀ ਹੈ। ਹਰ ਸਾਲ ਪੂਰੀ ਦੁਨੀਆ 'ਚੋਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਾਕਿਸਤਾਨ ਸਥਿਤ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਲਈ ਸ਼ਰਧਾਲੂ ਜ਼ਰੂਰ ਪਹੁੰਚਦੇ ਹਨ। ਜਿੱਥੇ ਅਸੀਂ ਖੜ੍ਹੇ ਹਾਂ, ਇਹ ਜਨਮ ਸਥਾਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੈ, ਜਿਹੜੇ ਕਿ ਸਿੱਖ ਧਰਮ ਦੇ ਬਾਣੀ ਹੈਗੇ। ਇੱਥੇ ਆ ਕੇ ਮਨ ਨੂੰ ਆਤਮਕ ਤੌਰ 'ਤੇ ਸ਼ਾਂਤੀ ਮਿਲਦੀ ਹੈ। ਔਰ ਸਭ ਤੋਂ ਵੱਡੀ ਗੱਲ ਇੱਥੇ ਆ ਕੇ ਹੈਗੀ ਵੀ ਜਿਸ ਵਕਤ ਤੁਸੀਂ ਇੱਥੋਂ ਵਾਪਸ ਜਾਂਦੇ ਹੋ, ਇਹ ਧਰਤੀ ਤੁਹਾਨੂੰ ਵਾਪਸ ਆਵਾਜ਼ਾਂ ਮਾਰਦੀ ਹੈ, ਤੁਹਾਨੂੰ ਖਿੱਚਦੀ ਹੈ ਆਪਣੇ ਵੱਲ। ਜਿਹੜਾ ਵੀ ਸਿੱਖ ਜ਼ਿੰਦਗੀ ਦੇ ਵਿੱਚ ਇੱਕ ਵਾਰ ਮੱਥਾ ਟੇਕ ਕੇ ਜਾਂਦਾ ਹੈ, ਉਸਦਾ ਦਿਲ ਕਰਦਾ ਮੈਂ ਵਾਪਸ ਇਸ ਸਥਾਨ 'ਤੇ ਆਵਾਂ, ਆਪਣਾ ਅਕੀਦਾ ਭੇਟ ਕਰਾਂ। ਇਹ ਇਸ ਸਥਾਨ ਦੀ ਇਸ ਖਾਸੀਅਤ ਹੈਗੀ ਹੈ। ਇਸ ਤਰ੍ਹਾਂ ਇਹ ਸਾਰਾ ਇਲਾਕਾ ਜਿਹੜਾ ਹੈ ਗੁਰੂ ਨਾਨਕ ਦੇ ਨਾਮ ਨਾਲ ਰੰਗਿਆ ਹੋਇਆ ਹੈ, ਔਰ ਇੱਥੋਂ ਦੇ ਜਿਹੜੇ ਲੋਕਲ ਵਾਸੀ ਹਨ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹਨ, ਉਹ ਉੱਥਾ ਸ਼ਰਧਾ ਰੱਖਦੇ ਹਨ ਗੁਰੂ ਨਾਨਕ ਸਾਹਿਬ ਨੂੰ, ਔਰ ਬਾਬੇ ਨਾਨਕ ਦੇ ਨਾਂ ਦੇ ਉੱਪਰ ਉਹ ਬਹੁਤ ਮੁਹੱਬਤ, ਪਿਆਰ ਔਰ ਇਤਫਾਕ ਸਾਰੀ ਸੰਗਤ ਇੱਥੋਂ ਦੀ ਰੱਖਦੀ ਹੈ। ਮੌਜੂਦਾ ਸਮੇਂ ਵਿੱਚ ਭਾਰਤ ਪਾਕਿਸਤਾਨ ਦਾ ਆਪਸੀ ਰਿਸ਼ਤਾ ਬਹੁਤ ਸੁਖਾਵਾਂ ਨਹੀਂ ਹੈ, ਪਰ ਫਿਰ ਵੀ ਪਾਕਿਸਤਾਨ ਸਰਕਾਰ ਸਿੱਖਾਂ ਨੂੰ ਵਿਦੇਸ਼ ਵੀਜ਼ਾ ਦੇ ਕੇ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਧਾਰਮਿਕ ਗੁਰਦੁਆਰਿਆਂ ਦੇ ਦਰਸ਼ਨਾਂ ਦੀ ਹਰ ਸਾਲ ਇਜਾਜ਼ਤ ਦਿੰਦੀ ਹੈ। ਵਿਸਾਖੀ ਦੇ ਮੌਕੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੋਂ ਇਲਾਵਾ ਹੋਰ ਵੀ ਕਈ ਗੁਰਪੁਰਬ ਦੇ ਮੌਕੇ 'ਤੇ ਸੈਂਕੜੋ ਸਿੱਖਾਂ ਨੂੰ ਇੱਥੋਂ ਦੇ ਦਰਸ਼ਨਾਂ ਦੀ ਇਜਾਜ਼ਤ ਮਿਲਦੀ ਹੈ। ਬੜੀ ਬਖਸ਼ਿਸ਼ ਹੈ, ਬੜੀ ਬਖਸ਼ਿਸ਼ ਹੈ ਗੁਰੂ ਨਾਨਕ ਦੇਵ ਜੀ ਦੀ, ਜੋ ਸਾਨੂੰ ਇੱਥੇ ਖੁੱਲ੍ਹੇ ਦਰਸ਼ਨ ਔਰ ਸੇਵਾ ਦਾ ਮੌਕਾ ਮਿਲ ਰਿਹਾ ਹੈ। ਇੱਥੇ ਤਾਂ ਦੁਨੀਆ ਤੋਂ ਚਾਰੋਂ ਪਾਸੋਂ ਸੰਗਤ ਆਉਂਦੀ ਹੈ, ਕਿਉਂਕਿ ਸਾਡੇ ਦਰਬਾਰਾਂ ਦੇ ਚਾਰ ਦਰਵਾਜ਼ੇ ਹੈਗੇ, ਚਾਰੋਂ ਪਾਸੋਂ ਸੰਗਤ ਆਉਂਦੀ ਹੈ। ਕੈਨੇਡਾ ਤੋਂ, ਦੁਬਈ ਤੋਂ ਬਹੁਤ ਆਉਂਦੇ ਨੇ, ਹਿੰਦੁਸਤਾਨ ਤੋਂ ਆਉਂਦੇ ਨੇ, ਕੋਈ ਐਸਾ ਮੁਲਕ ਨਹੀਂ ਜਿੱਥੇ ਸਰਦਾਰ ਵਸਦਾ ਹੋਵੇ ਔਰ ਇੱਥੇ ਦਰਸ਼ਨ ਕਰਨ ਨਹੀਂ ਆਵੇ। ਸ਼੍ਰੀ ਨਨਕਾਣਾ ਸਾਹਿਬ ਦੀ ਦੇਖਰੇਖ ਇੱਥੋਂ ਦੇ ਵਸਨੀਕ ਸਿੱਖ ਪਰਿਵਾਰਾਂ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਗੁਰਦੁਆਰਾ ਦੇ ਆਸ ਪਾਸ ਹੀ ਵਸੇ ਹੋਏ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆ ਦੇ ਸਿੱਖ ਹਰ ਤਰ੍ਹਾਂ ਦਾ ਸਹਿਯੋਗ ਇਹਨਾਂ ਗੁਰੂ ਧਾਮਾਂ ਦੀ ਦੇਖਰੇਖ ਦੇ ਲਈ ਦਿੰਦੇ ਹਨ। ਇਸ ਤੋਂ ਇਲਾਵਾ ਇੱਥੇ ਇੱਕ ਲੰਗਰ ਹਾਲ ਵੀ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਨਨਕਾਣਾ ਸਾਹਿਬ ਦੇ ਮੁੱਖ ਸੇਵਾਦਾਰ ਦਇਆ ਸਿੰਘ ਹੋਰਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਜੋਂ ਇਸ ਪਵਿੱਤਰ ਅਸਥਾਨ ਨੂੰ ਜਾਣਿਆ ਜਾਂਦਾ ਹੈ। 1469 ਦੇ ਵਿੱਚ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਸ ਅਸਥਾਨ 'ਤੇ ਪ੍ਰਕਾਸ਼ ਹੋਇਆ। ਇੱਥੇ ਨਨਕਾਣਾ ਸਾਹਿਬ ਦੇ ਵਿੱਚ ਦੋ ਵਕਤ ਦਾ ਦੀਵਾਨ ਲੱਗਦਾ ਹੈ। ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਤੋਂ ਬਾਅਦ ਸ੍ਰੀ ਸੁਖਮਨੀ ਸਾਹਿਬ ਦਾ ਪਾਠ, ਉਪਰੰਤ ਆਸਾ ਦੀਵਾਰ ਜੀ ਦਾ ਕੀਰਤਨ ਹੁੰਦਾ ਹੈ। ਸ਼ਾਮ ਨੂੰ ਰਹਿਰਾ ਸਾਹਿਬ, ਆਰਤੀ ਸਾਹਿਬ ਤੋਂ ਬਾਅਦ ਇਲਾਹੀ ਬਾਣੀ ਦੇ ਕੀਰਤਨ ਹੁੰਦੇ ਹਨ, ਗੁਰਮਤਿ ਵਿਚਾਰਾਂ ਹੁੰਦੀਆਂ ਹਨ, ਅਤੇ ਉਸ ਤੋਂ ਬਾਅਦ ਦੀਵਾਨ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਇਸ 'ਤੇ 6 ਗੁਰੂ ਅਸਥਾਨ ਹੋਰ ਵੀ ਹਨ। ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਹੀ ਨਾਲ ਦੂਰੋਂ ਦੂਰੋਂ ਮੁਸਲਮਾਨ ਵੀਰ ਵੀ ਇੱਥੇ ਬਹੁਤ ਚੱਲ ਕੇ ਆਉਂਦੇ ਹਨ, ਜੋ ਇੱਥੇ ਦੁਆ ਕਰਦੇ ਹਨ, ਸਾਡੇ ਗ੍ਰੰਥੀ ਸਿੰਘਾਂ ਪਾਸੋਂ ਅਰਦਾਸ ਕਰਵਾਉਂਦੇ ਹਨ, ਬੱਚੇ ਦੀ ਦਾਤ ਲਈ, ਕਾਰੋਬਾਰਾਂ ਲਈ, ਨੌਕਰੀਆਂ ਲਈ ਆਦਿ ਹਰ ਕੰਮ ਜੋ ਉਹਨਾਂ 'ਤੇ ਮੁਸ਼ਕਲ ਔਕੜਾਂ ਬਣਦੀਆਂ ਹਨ, ਇੱਥੇ ਬਹੁਤ ਜ਼ਿਆਦਾ ਤਾਦਾਦ ਦੇ ਮੁਸਲਮਾਨ ਵੀਰ ਆਉਂਦੇ ਹਨ ਅਤੇ ਸਭ ਕੋਲ ਅਰਦਾਸ ਕਰਵਾਉਂਦੇ ਹਨ, ਦੁਆ ਕਰਦੇ ਹਨ। ਸ਼੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਹੀ ਨਹੀਂ ਬਲਕਿ ਮੁਸਲਮਾਨ ਵੀ ਆ ਕੇ ਮੱਥਾ ਟੇਕਦੇ ਹਨ, ਔਲਾਦ ਅਤੇ ਆਪਣੀ ਹਰ ਮੁਰਾਦ ਮੰਗਦੇ ਹਨ ਅਤੇ ਪੂਰੀਆਂ ਹੋਣ 'ਤੇ ਸ਼ੁਕਰਾਨੇ ਦੀ ਅਰਦਾਸ ਕਰਾਉਣ ਵੀ ਆਉਂਦੇ ਹਨ। ਦਇਆ ਸਿੰਘ ਹੋਰਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਆਖਿਆ ਕਿ ਦੋਵੇਂ ਦੇਸ਼ਾਂ ਵਿੱਚ ਆਪਸੀ ਹਾਲਾਤ ਸਹੀ ਹੋ ਜਾਣ ਤਾਂ ਕਿ ਵੱਧ ਤੋਂ ਵੱਧ ਸ਼ਰਧਾਲੂ ਇੱਥੇ ਦਰਸ਼ਨਾਂ ਦੇ ਲਈ ਪਹੁੰਚ ਸਕਣ ਅਤੇ ਆਪਣਾ ਜੀਵਨ ਸਫਲ ਕਰ ਸਕਣ।